ਸਨ 1980 ਵਿੱਚ ਰਾਜਾ ਨਰਿੰਦਰ ਸਿੰਘ ਨੇ ਗਿਆਨ ਗੋਦੜੀ ਗੁਰਦੁਆਰੇ ਨੂੰ ਦੇ ਦਿੱਤਾ ਤਾਂ ਇੱਥੇ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ। ਸਨ 1984 ਵਿੱਚ ਜਦੋਂ ਦੰਗੇ ਹੋਏ ਉਸ ਵੇਲੇ ਇਸ ਸਥਾਨ ਨੂੰ ਢਾ ਦਿੱਤਾ ਗਿਆ ਤਾਂ ਇੱਥੇ ਸਨ 1986 ਵਿੱਚ ਦੁਕਾਨਾਂ ਬਣਾ ਦਿੱਤੀਆਂ ਗਈਆਂ। ਉਸ ਤੋਂ ਬਾਅਦ ਸਨ 2001 ਵਿੱਚ ਇੱਥੇ ਸਾਰਜਨਿਕ ਸ਼ੌਚਾਲਿਆ ਬਣਾ ਦਿੱਤੇ ਗਏ। ਇਸ ਵਕਤ ਸ਼੍ਰੀ ਬਲਜੀਤ ਸਿੰਘ ਦਾਦੂਵਾਲ ਇਸ ਗੁਰਦੁਆਰੇ ਵਾਸਤੇ ਕੰਮ ਕਰਦੇ ਪਏ ਨੇ ਜੋ ਇਸ ਵਕਤ ਜੇਲ੍ਹ ਵਿੱਚ ਹੈਗੇ ਨੇ।